ਤਾਂ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਜਸਲੀਨ ਕੌਰ ਤੁਹਾਡੇ ਲਈ ਲੈ ਕੇ ਆਈ ਹਾਂ ਇੱਕ ਤੀਜ ਦੀ ਨਵੀਂ ਰੈਸਿਪੀ। ਤਾਂ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਗੱਲ ਕਰਾਂਗੇ ਤੀਜ ਦੀ, ਤੀਜ ਮੇਨ ਫੈਸਟੀਵਲ ਹੈ ਕੁੜੀਆਂ ਦਾ। ਜਿਹੜੇ ਵੀ ਕੁੜੀਆਂ ਆਉਂਦੀਆਂ ਜਿਨ੍ਹਾਂ ਦਾ ਵਿਆਹ ਹੋ ਜਾਂਦਾ ਹੈ ਨਾ, ਉਹ ਆਪਣੇ ਦੁਆਰਾ ਪੇਕੇ ਪਿੰਡ ਆਉਂਦੀਆਂ ਅਤੇ ਉੱਥੇ ਉਹ ਤੀਆਂ ਦਾ ਫੈਸਟੀਵਲ ਬਹੁਤ ਹੀ ਧੂਮ ਧਮਾਕੇ ਨਾਲ ਪਿੰਡਾਂ ਵਿੱਚ ਬਹੁਤ ਜ਼ਿਆਦਾ ਮਨਾਇਆ ਜਾਂਦਾ ਸੀਗਾ। ਇਹ ਪਹਿਲਾਂ ਜ਼ਮਾਨੇ ਦੀ ਗੱਲ ਹੈ, ਪਰ ਜੇ ਆਪਾਂ ਹੁਣ ਜ਼ਮਾਨੇ ਦੀ ਗੱਲ ਕਰੀਏ ਇਸ ਜ਼ਮਾਨੇ ਦੀ, ਇਸ ਮਾਡਰਨ ਲਾਈਫ ਦੀ, ਜਿਸ ਵਿੱਚ ਲੋਕ ਇੰਨੇ ਬਿਜ਼ੀ ਹੈ, ਲੋਕਾਂ ਨੂੰ ਟ੍ਰੈਡੀਸ਼ਨ ਬਾਰੇ ਕੁਛ ਪਤਾ ਹੀ ਨਹੀਂ ਚੱਲਦਾ, ਕੁਛ ਕੁੜੀਆਂ ਨੂੰ ਤਾਂ ਵੈਸੇ ਵੀ ਪਤਾ ਹੀ ਨਹੀਂ ਹੋਣਾ ਤੀਜ ਬੇਸਿਕਲੀ ਹੈ ਕੀ, ਤੀਜ ਕਿਉਂ ਮਨਾਈ ਜਾਂਦੀ ਹੈ, ਕਿਸ ਕਰਕੇ ਮਨਾਈ ਜਾਂਦੀ ਹੈ, ਹੈ ਨਾ। ਤਾਂ ਜਿਵੇਂ ਥੋੜ੍ਹੀ ਬਹੁਤੀ ਮੈਨੂੰ ਮਤਲਬ ਮੈਨੂੰ ਨੌਲੇਜ ਸੀਗੀ ਜਿੰਨੀ ਵੀ ਥੋੜ੍ਹੀ ਬਹੁਤੀ, ਤਾਂ ਮੈਂ ਤੁਹਾਨੂੰ ਉਹ ਨੌਲੇਜ ਆਪਣੇ ਨਾਲ ਸ਼ੇਅਰ ਕਰ ਰਹੀ ਹਾਂ। ਮਾਡਰਨ ਜ਼ਮਾਨੇ ਵਿੱਚ ਤੀਜ ਮਨਾਈ ਤਾਂ ਜਾਂਦੀ ਹੈ, ਪਰ ਉਹ ਇੱਕ ਦਿਨ ਲਈ ਮਨਾਈ ਜਾਂਦੀ ਹੈ। ਜਿਹੜਾ ਆਪਣਾ ਪੰਜਾਬੀ ਵਿਰਸਾ, ਉਹਨੂੰ ਅਸੀਂ ਆਪਣੇ ਆਪ ਹੀ ਮਤਲਬ ਅਲੋਪ ਕਰ ਰਹੇ ਹਾਂ, ਅਸੀਂ ਆਪਣੇ ਆਪ ਹੀ ਉਹਨੂੰ ਕਹਿ ਰਹੇ ਹਾਂ ਕਿ ਬਈ ਸਾਡੇ ਤੋਂ ਦੂਰ ਹੋ ਜਾਓ। ਜਿਹੜਾ ਕਿ ਪੰਜਾਬੀ ਕਲਚਰ ਕਾਫੀ ਟਾਈਮ ਤੋਂ ਬਿਲਕੁਲ ਸਹੀ ਸੀਗਾ, ਔਰ ਉਹੀ ਕਲਚਰ ਹੁਣ ਮਾਡਰਨ ਬੱਚਿਆਂ ਦੀ ਵਜ੍ਹਾ ਤੋਂ ਜਾਂ ਫਿਰ ਮਾਡਰਨ ਚੀਜ਼ਾਂ ਦੀ ਵਜ੍ਹਾ ਤੋਂ ਉਹ ਬਹੁਤ ਜ਼ਿਆਦਾ ਡਿਸਟਰੋਏ ਹੋ ਰਿਹਾ ਹੈ। ਤਾਂ ਜੇ ਆਪਾਂ ਗੱਲ ਕਰੀਏ ਕਿ ਮਾਡਰਨ ਤਰੀਕੇ ਨਾਲ ਕਿਵੇਂ ਮਨਾਈ ਜਾਂਦੀ ਹੈ, ਮਾਡਰਨ ਤਰੀਕੇ ਨਾਲ ਕਿਵੇਂ ਮਨਾਈ ਜਾਂਦੀ ਹੈ, ਮੀਨਸ ਇੱਕ ਦਿਨ ਲਈ ਲੋਕ ਤਿਆਰ ਹੁੰਦੇ ਹੈ ਬਿਲਕੁਲ ਪੰਜਾਬੀ ਕਲਚਰ 'ਚ ਪ੍ਰੋਪਰਲੀ, ਪੰਜਾਬੀ ਸੂਟ ਵੂਟ ਪਰਾਂਦੇ ਟਿੱਕੇ ਟੁੱਕੇ ਸਭ ਕੁਛ ਬਿਲਕੁਲ ਪ੍ਰੋਪਰ ਵੇ ਨਾਲ ਤਿਆਰ ਹੁੰਦੇ ਹੈ। ਤਾਂ ਉਸ ਤੋਂ ਬਾਅਦ ਇੱਕ ਦਿਨ ਲਈ ਮਨਾਉਂਦੇ, ਇੱਕ ਦਿਨ ਲਈ ਫੁੱਲ ਇੰਜੋਏ ਕਰਦੇ ਹੈ, ਹੈ ਨਾ। ਵੈਸੇ ਕਿ ਇਹ ਜਿਵੇਂ ਪੂਰੇ ਸਾਵਨ ਦੇ ਮਹੀਨੇ 'ਚ ਮਨਾਈ ਜਾਂਦੀ ਹੈ, ਤਾਂ ਜੋ ਮਾਡਰਨ ਕਲਚਰ ਦੇ ਲੋਕ ਹੈ ਉਹ ਸਿਰਫ ਇੱਕ ਦਿਨ ਲਈ ਮਨਾਉਂਦੇ ਹੈ, ਹੈ ਨਾ। ਤਾਂ ਮੈਂ ਇਹੀ ਕਹਿਣਾ ਚਾਹੂੰਗੀ ਕਿ ਆਪਣੇ ਪੰਜਾਬੀ ਕਲਚਰ ਨੂੰ ਭੁੱਲਣ ਦੀ ਬਜਾਏ ਇਹਨੂੰ ਹੋਰ ਫੋਲੋ ਕਰ ਲਓ ਥੋੜ੍ਹਾ ਜਿਹਾ ਤੁਸੀਂ, ਹੈ ਨਾ। ਉਹ ਵੀ ਮਤਲਬ ਉਹ ਮਤਲਬ ਪੰਜਾਬੀ ਬੰਦਿਆਂ ਨੂੰ ਕਾਫੀ ਅੱਛਾ ਲੱਗੂਗਾ, ਹੈ ਨਾ। ਤਾਂ ਆਪਾਂ ਰੈਸਿਪੀ ਹੁਣ ਸ਼ੁਰੂ ਕਰਦੇ ਹਾਂ। ਤਾਂ ਹੁਣ ਜਿਵੇਂ ਫਿਰ ਹੈਗੀ ਤੀਜ, ਤਾਂ ਆਪਾਂ ਤੀਜ 'ਤੇ ਕੁਛ ਬਣਾਵਾਂਗੇ। ਮੈਂ ਅੱਜ ਬਣਾਉਂਗੀ ਪੂੜੇ, ਅਤੇ ਪੂੜੇ ਦੇ ਨਾਲ ਕੋਂਬੀਨੇਸ਼ਨ ਵਿੱਚ ਖੀਰ ਤਾਂ ਬਹੁਤ ਹੀ ਵਧੀਆ ਲੱਗਦੀ ਹੈ। ਤਾਂ ਮੈਂ ਅੱਜ ਬਣਾਉਣ ਜਾ ਰਹੀ ਹਾਂ ਪੂੜੇ ਅਤੇ ਖੀਰ ਦੀ ਰੈਸਿਪੀ, ਅਤੇ ਆਓ ਆਪਾਂ ਦੇਖਦੇ ਹਾਂ। ਤਾਂ ਖੀਰ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ 1 ਕਿਲੋ ਦੁੱਧ ਲਿਆ, ਹੁਣ ਅਸੀਂ ਇਹਨੂੰ ਬੋਇਲ ਕਰਨਾ। ਤਾਂ ਹੁਣ ਸਾਡਾ ਦੁੱਧ ਬੋਇਲ ਹੋ ਗਿਆ, ਇਹਨੂੰ ਹੁਣ ਅਸੀਂ ਸਿਮ 'ਤੇ ਕਰ ਦਾਂਗੇ, ਅਤੇ ਆਹ ਅਸੀਂ ਚਾਵਲ ਪਾ ਦਾਂਗੇ। ਅਸੀਂ ਚਾਵਲ ਲਏ ਹੈ, ਟੋਟਾ ਵਾਲੇ ਚਾਵਲ ਹੈ ਇਹ। ਜੇ ਤੁਹਾਡੇ ਕੋਲ ਦੂਜੇ ਨੋਰਮਲ ਚਾਵਲ ਹੈ ਤੁਸੀਂ ਉਹ ਵੀ ਪਾ ਸਕਦੇ ਹੋ। ਵੈਸੇ ਖੀਰ ਵਿੱਚ ਬੇਸਿਕਲੀ ਛੋਟੇ ਛੋਟੇ ਹੁੰਦੇ ਆ ਚਾਵਲ, ਆਈ ਪੈਂਦੇ ਆ ਛੋਟੇ ਛੋਟੇ ਜਾਂਦੇ ਆ ਜਿਹੜੇ। ਤਾਂ ਜਿੰਨੀ ਕੋਲੀ ਦੀ ਕੁਆਂਟਿਟੀ ਦੇ ਹਿਸਾਬ ਨਾਲ ਅਸੀਂ ਚਾਵਲ ਲਏ ਸੀ, ਓਨੀ ਮੈਂ ਚੀਨੀ ਲਈ ਹੈ, ਅਤੇ ਇਹ ਮੈਂ ਚੀਨੀ ਇਸ ਦੇ ਅੰਦਰ ਹੁਣ ਪਾ ਦੂੰਗੀ। ਸੇਮ ਇੰਨੀ ਕੀ ਕੁਆਂਟਿਟੀ ਲੈਣੀ ਹੈ, ਚਾਵਲ ਅਤੇ ਮੈਂ ਚੀਨੀ ਦੀ ਕੁਆਂਟਿਟੀ ਸੇਮ ਹੀ ਰੱਖੀ ਹੈ। ਹੁਣ ਇਸ 'ਚ ਪਾ ਦਾਂਗੇ ਅਸੀਂ ਇਹਨੂੰ। ਹੁਣ ਇਹਨੂੰ 5 ਤੋਂ ਲੈ ਕੇ 7 ਮਿੰਟਾਂ ਤੱਕ ਬੋਇਲ ਕਰਨਾ ਪਹਿਲਾਂ। ਹੁਣ 15 ਮਿੰਟ ਬਾਅਦ ਇਹ ਚਾਵਲ ਥੋੜ੍ਹੇ ਥੋੜ੍ਹੇ ਫੁੱਲ ਗਏ ਹੈ, ਔਰ ਇਸ 'ਚ ਪਾਉਣੀ ਹੈ ਹੁਣ ਚੀਨੀ। ਜਿੰਨੇ ਅਸੀਂ ਚਾਵਲ ਲਏ ਸੀ ਉਨੀ ਸੇਮ ਕੁਆਂਟਿਟੀ ਦੀ ਅਸੀਂ ਚੀਨੀ ਲਈ ਹੈ। ਔਰ ਤੁਸੀਂ ਵੈਸੇ ਵੀ ਟੇਸਟ ਅਨੁਸਾਰ ਲੈ ਸਕਦੇ, ਮਤਲਬ ਆਪਣੇ ਸਵਾਦ ਅਨੁਸਾਰ ਜਿੰਨੀ ਤੁਸੀਂ ਪਾਉਣੀ ਹੈ। ਮੈਂ ਵੈਸੇ ਸੇਮ ਕੁਆਂਟਿਟੀ ਦੀ ਹੀ ਪਾਈ ਹੈ। ਸਾਡੀ ਹੁਣ ਖੀਰ ਰੈਡੀ ਹੈ। ਹੁਣ ਚੀਨੀ ਪਾਉਣ ਤੋਂ ਬਾਅਦ ਇਹਨੂੰ ਥੋੜ੍ਹਾ ਜਿਹਾ ਮਿਕਸ ਕਰਕੇ, ਔਰ ਨਾਲ ਦੀ ਨਾਲ ਹੀ ਅਸੀਂ ਇਹ ਡਰਾਈ ਫਰੂਟਸ ਪਾਏ। ਮੈਂ ਬਦਾਮ ਲਿਆ, ਬਦਾਮ ਨੂੰ ਸਭ ਤੋਂ ਪਹਿਲਾਂ ਤਾਂ ਮੈਨੂੰ ਭਗੋਇਆ ਸੀਗਾ, ਉਸ ਤੋਂ ਬਾਅਦ ਇਹਦੇ ਛਿੱਲੜ ਉਤਾਰਨੇ ਸੀਗੇ, ਫਿਰ ਇਹਨੂੰ ਮੈਂ ਕੱਟਤਾ। ਔਰ ਕਿਸ਼ਮਿਸ਼, ਅਤੇ ਅਸੀਂ ਇਲਾਇਚੀ ਵੀ ਪਾ ਸਕਦੇ, ਮੈਂ 2 ਇਲਾਇਚੀਆਂ ਪਾ ਰਹੀ ਹਾਂ। ਇਲਾਇਚੀ ਖੀਰ ਨੂੰ ਬਹੁਤ ਹੀ ਵਧੀਆ ਟੇਸਟ ਦਊਗੀ। ਉਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਇਹਨੂੰ ਫਿਰ ਢੱਕ ਦੇਣਾ ਅਸੀਂ। ਹੁਣ ਇਹਨੂੰ ਅਸੀਂ
पांच तो लेके दस मिनट तक ढक देना ते सिम ते कर देना गैस। ते हुण असीं बनावांगे पूड़े। ते उस लई सानूं चाहिए एक गुड़ वाला पानी। सब तो पहले असीं इस विच गुड़ पाया सीगा, उहनूं पानी नूं बॉयल कर लिया सी। उस तो बाद इहनूं ठंडा होण लई रखता सी। जब ठंडा हो गया उस तो बाद इस दे विच असीं पावांगे थोड़ा थोड़ा करके आटा। ये वीट का आटा है नॉर्मल। थोड़ा थोड़ा पाना है, फिर उन्हें मिक्स करना है। ये थोड़ा सा दूर पाए पा देंगे आपको। और ये बिल्कुल एवं सॉफ्ट सॉफ्ट, ना ही ज्यादा गाढ़ा है और ना ही ज्यादा पतला है। और इस दे विच असीं हुण सौंफ पा देंगे। सौंफ एक इहनूं बहुत ही वधिया टेस्ट दिंदी है। इहनूं मिक्स कर देंगे फिर। सब तो पहले असीं एक नॉन स्टिकी पैन लवांगे और उसते ऑयल मैं थिक की यूज कर रही हूँ, देसी की। और कोई भी एवं दी पर्ची लवांगे और उसमें एवं स्प्रेड कर लवांगे। और इस तो बारे में जमा भी नहीं हिलाना, मीन्स बिल्कुल भी नहीं हिलाना, बिल्कुल भी नहीं टच करना इसमें। फिर तो ऑयलिंग कर देंगे इसकी साइड से और थोड़ा थोड़ा ऊपर भी, सो दैट ये चिपके ना। इन्हें असी फ्लिप कर देंगे, उल्टा कर देंगे और इसमें एवं दी बबल्स आओगे। गैस का फ्लेम बिल्कुल ही स्लो रखना है और इन्हू हल्का हल्का एवं एवं स्प्रेड करना है। पूड़ा अपना रेडी है। तो इसनों आप साइड से कर लेंगे एक प्लेट च। तो सेम प्रोसेस नाल असीं एक होर पूड़ा बनावांगे। ते हुण इस उत्ते देखो कि वधिया लग रही, कितनी स्वाद लग रही है ना देखने च। ते खान ते सोचो तो फिर खान च कितनी स्वाद होगी। तो हुण खीर पूड़े रेडी है। देखने च तो बहुत यमी लग रहे हैं, तो सोचो खान च कितने यमी लगोगे। एंड थैंक यू फॉर दिस, थैंक्स फॉर वॉचिंग दिस वीडियो। एंड लाइक ते कॉमेंट करना ना भुल्यो।